ਮੈਂ ਧੰਨਵਾਦ ਕਰਦਾ ਅੱਜ ਆਧਾਰ ਹਾਊਸਿੰਗ ਫਾਈਨੈਂਸ ਵਾਲਿਆਂ ਦਾ ਔਰ ਜਨ ਸਾਹਸ ਐਨ ਜੀਓ ਜਿਨ੍ਹਾਂ ਨੇ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਜਿਹੜੀ ਐਂਬੂਲੈਂਸ ਦਿੰਦੀ ਹੈ ਸਾਡੇ ਡਾਕਟਰ ਜ਼ਾਹਰ ਰਮੀਤ ਸਿੰਘ ਰਹਿਣ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਸ ਤਰੀਕੇ ਦੇ ਨਾਲ ਜੋ ਰਿਕੁਆਇਰਮੈਂਟਸ ਬੇਸਿਕ ਨੀਡਸ ਵਾਲੀਆਂ ਲਾਈਫ سپورਟਿੰਗ ਸਿਸਟਮ ਉਹਦੀ ਜਿਹੜੀਆਂ ਐਂਬੂਲੈਂਸਸ ਹੁੰਦੀ ਹੈ ਅੱਜ ਇਹਨਾਂ ਨੇ ਸਾਨੂੰ ਇੱਥੇ ਦਿੱਤੀ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕੋਵਿਡ ਦੇ ਮਹਾਮਾਰੀ ਦੇ ਸਮੇਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾਵਾਂ ਕੀਤੀ ਆ 400 ਬੈੱਡ ਦਾ ਕੋਵਿਡ ਸੈਂਟਰ ਬਣਾ ਗਿਆ ਹਸਪੀਟਲ ਬਣਾਏ ਗਏ ਔਰ ਡਾਇਲਿਸਿਸ ਸੈਂਟਰ ਜਿਸ ਤਰ੍ਹਾਂ ਬਣਾ ਰਹੇ ਜੋ ਮੈਡੀਕਲ ਸੇਵਾਵਾਂ ਗੁਰਦੁਆਰਾ ਕਮੇਟੀ ਕਰ ਰਹੀ ਹੈ ਮੈਂ ਸਮਝਦਾ ਕਿ ਸ਼ਾਇਦ ਦਿੱਲੀ ਦੇ ਵਿੱਚ ਕੋਈ ਇੱਕ ਸੰਸਥਾ ਹੈ ਜਿਹੜੀ ਨਿਸ਼ਕਾਮ ਹੋ ਕੇ ਔਰ ਲੋਕਾਂ ਦੀਆਂ ਵਾਕਈ ਜਿਹੜੀਆਂ ਲੋੜਾਂ ਨੇ ਉਹਨੂੰ ਦੇਖਦੇ ਹੋਏ ਜਿਹੜੀਆਂ ਸੇਵਾਵਾਂ ਕਰ ਰਹੀ ਹੈ ਬਾਲਾ ਪ੍ਰੀਤਮ દવાਖਾਨਾ ਹੋਏ ਉਸ ਦੇ ਉੱਤੇ ਇਹਨਾਂ ਨੇ ਟਰਸਟ ਕਰਦੇ ਹੋਏ ਜਿਸ ਤਰੀਕੇ ਦੇ ਨਾਲ ਅੱਜ ਗੁਰਦੁਆਰਾ ਕਮੇਟੀ ਨੂੰ ਐਂਬੂਲੈਂਸ ਦਿੱਤੀ ਹੈ ਦਿੱਲੀ ਦੇ ਵਿੱਚ ਦਿੱਲੀ ਤੋਂ ਬਾਹਰ ਬਹੁਤ ਵੱਡੀਆਂ ਸੰਸਥਾਵਾਂ ਬਹੁਤ ਵੱਡੀਆਂ ਸੰਗਤਾਂ ਜਿਸ ਤਰੀਕੇ ਨਾਲ ਲਗਾਤਾਰ ਸਹਿਯੋਗ ਕਰ ਰਹੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਅਜੇ ਨਾ ਦਾ ਆਧਾਰ ਹਾਊਸਿੰਗ ਵਾਲਿਆਂ ਦਾ ਔਰ ਜਨ ਸਹਾਸ ਜਿਹੜੀ ਐਨ ਜੀਓ ਹੈ ਜਿਨ੍ਹਾਂ ਦੇ ਮਾਧਿਅਮ ਦੇ ਰਾਹੀਂ ਅੱਜ ਇੱਥੇ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਫੁੱਲੀ ਵਿਗ ਜਿਹੜੀ ਇਹਨਾਂ ਨੇ ਐਂਬੂਲੈਂਸ ਦਿੱਤੀ ਹੈ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਮਗਰ ਲੋੜ ਪੈਣ ਦੇ ਉੱਤੇ ਜਦ ਇਹ ਐਂਬੂਲੈਂਸ ਉਹਦੇ ਘਰ ਦਾ ਸਹਾਇਕ ਬਣ ਕੇ ਉਹਨਾਂ ਦੇ ਘਰ ਪਹੁੰਚਦੀ ਔਰ ਲੋਕਾਂ ਨੂੰ ਆਪਣੀ ਜਗ੍ਹਾ ਤੇ ਲੈ ਕੇ ਜਾਂਦੀ ਹੈ ਤੇ ਵਾਕਈ ਉਸ ਵਕਤ ਪਤਾ ਚੱਲਦਾ ਹੈ ਕਿ ਦੇਣ ਵਾਲੇ ਦੀ ਵੀ ਦਿਲ ਦੀ ਨੀਅਤ ਔਰ ਜਿਹੜੇ ਉਹਨੂੰ ਚਲਾ ਰਹੇ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਉਹ ਮਾਨਵਤਾ ਦੀ ਸੇਵਾ ਕਰ ਰਹੇ ਆ ਇਹ ਉਸ ਵਕਤ ਇਹਦੀ ਲੋੜ ਪੈਂਦੀ ਹੈ ਸੋ ਮੈਂ ਸਮਝਦਾ ਕਿ ਅੱਜ ਇਹਨਾਂ ਨੇ ਜਿਸ ਤਰੀਕੇ ਨਾਲ ਸਾਡੇ ਤੇ ਵਿਸ਼ਵਾਸ ਕਰਦੇ ਉਹ ਦਿੱਤੀ ਹੈ ਅਸੀਂ ਵੀ ਉਸੇ ਤਰੀਕੇ ਦੇ ਨਾਲ ਲੋਕਾਂ ਦੀਆਂ ਸੇਵਾਵਾਂ ਕਰ ਸਕੀਏ ਮੈਂ ਧੰਨਵਾਦ ਕਰਦਾ ਅੱਜ ਆਧਾਰ ਹਾਊਸਿੰਗ ਫਾਈਨੈਂਸ ਵਾਲਿਆਂ ਦਾ ਔਰ ਜਨ ਸਾਹਸ ਐਨ ਜੀਓ ਜਿਨ੍ਹਾਂ ਨੇ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ ਜਿਹੜੀ ਐਂਬੂਲੈਂਸ ਦਿੰਦੀ ਹੈ ਸਾਡੇ ਡਾਕਟਰ ਜ਼ਾਹਰ ਰਮੀਤ ਸਿੰਘ ਰਹਿਣ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਸ ਤਰੀਕੇ ਦੇ ਨਾਲ ਜੋ ਰਿਕੁਆਇਰਮੈਂਟਸ ਬੇਸਿਕ ਨੀਡਸ ਵਾਲੀਆਂ ਲਾਈਫ سپورਟਿੰਗ ਸਿਸਟਮ ਉਹਦੀ ਜਿਹੜੀਆਂ ਐਂਬੂਲੈਂਸਸ ਹੁੰਦੀ ਹੈ ਅੱਜ ਇਹਨਾਂ ਨੇ ਸਾਨੂੰ ਇੱਥੇ ਦਿੱਤੀ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕੋਵਿਡ ਦੇ ਮਹਾਮਾਰੀ ਦੇ ਸਮੇਂ ਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾਵਾਂ ਕੀਤੀ ਆ 400 ਬੈੱਡ ਦਾ ਕੋਵਿਡ ਸੈਂਟਰ ਬਣਾਇਆ ਗਿਆ ਹਸਪੀਟਲ ਬਣਾਏ ਗਏ ਔਰ ਡਾਇਲਿਸਿਸ ਸੈਂਟਰ ਜਿਸ ਤਰ੍ਹਾਂ ਬਣਾ ਰਹੇ ਜੋ ਮੈਡੀਕਲ ਸੇਵਾਵਾਂ ਗੁਰਦੁਆਰਾ ਕਮੇਟੀ ਕਰ ਰਹੀ ਹੈ ਮੈਂ ਸਮਝਦਾ ਕਿ ਸ਼ਾਇਦ ਦਿੱਲੀ ਦੇ ਵਿੱਚ ਕੋਈ ਇੱਕ ਸੰਸਥਾ ਹੈ ਜਿਹੜੀ ਨਿਸ਼ਕਾਮ ਹੋ ਕੇ ਔਰ ਲੋਕਾਂ ਦੀਆਂ ਵਾਕਈ ਜਿਹੜੀਆਂ ਲੋੜਾਂ ਨੇ ਉਹਨੂੰ ਦੇਖਦੇ ਹੋਏ ਜਿਹੜੀਆਂ ਸੇਵਾਵਾਂ ਕਰ ਰਹੀ ਹੈ ਬਾਲਾ ਪ੍ਰੀਤਮ ਦਵਾਖਾਨਾ ਹੋਏ ਉਸ ਦੇ ਉੱਤੇ ਇਹਨਾਂ ਨੇ ਟਰਸਟ ਕਰਦੇ ਹੋਏ ਜਿਸ ਤਰੀਕੇ ਦੇ ਨਾਲ ਅੱਜ ਗੁਰਦੁਆਰਾ ਕਮੇਟੀ ਨੂੰ ਐਂਬੂਲੈਂਸ ਦਿੱਤੀ ਹੈ ਦਿੱਲੀ ਜੇ ਵਿੱਚ ਦਿੱਲੀ ਤੋਂ ਬਾਹਰ ਬਹੁਤ ਵੱਡੀਆਂ ਸੰਸਥਾਵਾਂ ਬਹੁਤ ਵੱਡੀਆਂ ਸੰਗਤਾਂ ਜਿਸ ਤਰੀਕੇ ਨਾਲ ਲਗਾਤਾਰ ਸਹਿਯੋਗ ਕਰ ਰਹੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਅਜੇ ਨਾ ਦਾ ਆਧਾਰ ਹਾਊਸਿੰਗ ਵਾਲਿਆਂ ਦਾ ਔਰ ਜਨ ਸਹਸ ਜਿਹੜੀ ਐਨ ਜੀਓ ਹੈ ਜਿਨ੍ਹਾਂ ਦੇ ਮਾਧਿਅਮ ਦੇ ਰਾਹੀਂ ਅੱਜ ਇੱਥੇ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਫੁੱਲੀ ਵਿਗ ਜਿਹੜੀ ਇਹਨਾਂ ਨੇ ਐਂਬੂਲੈਂਸ ਦਿੱਤੀ ਹੈ ਰੱਬ ਨਾ ਕਰੇ ਕਿਸੇ ਨੂੰ ਲੋੜ ਪਵੇ ਮਗਰ ਲੋੜ ਪੈਣ ਦੇ ਉੱਤੇ ਜਦ ਇਹ ਐਂਬੂਲੈਂਸ ਉਹਦੇ ਘਰ ਦਾ ਸਹਾਇਕ ਬਣ ਕੇ ਉਹਨਾਂ ਦੇ ਘਰ ਪਹੁੰਚਦੀ ਔਰ ਲੋਕਾਂ ਨੂੰ ਆਪਣੀ ਜਗ੍ਹਾ ਤੇ ਲੈ ਕੇ ਜਾਂਦੀ ਹੈ ਤੇ ਵਾਕਈ ਉਸ ਵਕਤ ਪਤਾ ਚੱਲਦਾ ਹੈ ਕਿ ਦੇਣ ਵਾਲੇ ਦੀ ਵੀ ਦਿਲ ਦੀ ਨੀਅਤ ਔਰ ਜਿਹੜੇ ਉਹਨੂੰ ਚਲਾ ਰਹੇ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਉਹ ਮਨੁੱਖਤਾ ਦੀ ਸੇਵਾ ਕਰ ਰਹੇ ਆ ਇਹ ਉਸ ਵਕਤ ਇਹਦੀ ਲੋੜ ਪੈਂਦੀ ਹੈ ਸੁਮੇ ਸਮਝਦਾ ਕਿ ਅੱਜ ਇਹਨਾਂ ਨੇ ਜਿਸ ਤਰੀਕੇ ਨਾਲ ਸਾਡੇ ਤੇ ਵਿਸ਼ਵਾਸ ਕਰਦੇ ਉਹ ਦਿੱਤੀ ਹੈ ਅਸੀਂ ਵੀ ਉਸੇ ਤਰੀਕੇ ਦੇ ਨਾਲ ਲੋਕਾਂ ਦੀਆਂ ਸੇਵਾਵਾਂ ਕਰ ਸਕੀਏ